ਅਸਲਾਮ ਅਲੈਕਮ ਜੀ ਨਾਜ਼ਰੀਨ, ਤੁਸੀਂ ਆਪਣਾ ਯੂਟਿਊਬ ਚੈਨਲ ਵੇਖਦੇ ਪਏ ਹੋ ਕਮਰ ਉੱਜਣ ਸੇਜ ਵਾਲਾ। ਅਸੀਂ ਇਸ ਟਾਈਮ ਮੌਜੂਦ ਹਾਂ 8 ਅੱਡੀ ਬਿਰਾਜ ਤੇ, ਤੇ ਆਖ ਦਿਨ ਬੰਦਾ 8 ਅੱਡੀ ਬਿਰਾਜ ਤੇ ਆਵੇ ਨਾ ਤੇ ਮੌਲਵੀ ਆਸਫ ਦੀ ਮੱਛੀ ਨਾ ਖਾਵੇ, ਆਹ ਦਿਨ ਮਜ਼ਾ ਨਹੀਂ ਹੁੰਦਾ ਜ਼ਿੰਦਗੀ ਦਾ ਸਕਾ ਜਿਸ ਮਜ਼ਾ ਨਹੀਂ ਚੱਕਿਆ। ਯਕੀਨ ਜਾਣਿਆ ਜੇ ਅਸੀਂ ਨਾ ਹੁਣ ਜਿਹੜਾ ਮਾਸ਼ਾਅੱਲਾ ਨਾ ਰੋਡ ਬਣਨ ਦੇ ਨਾਲ ਬੜਾ VVIP ਮਾਹੌਲ ਬਣਾ ਦਿੱਤਾ ਹੈ, ਅਤੇ ਜਿਹੜਾ ਬੰਦਾ ਵੀ ਦੋਸਤ ਆ ਬਾਪ ਜੇਲਮ ਸਰਾਏ ਆਲਮਗੀਰ ਜਾਂ ਪਿੰਡੀ ਇਸਲਾਮਾਬਾਦ ਜਾਂਦਾ ਨਾ, ਮੇਰੇ ਖਿਆਲ ਦੇ ਮੁਤਾਬਕ ਇਹਨਾਂ ਡੰਡੇ 'ਤੇ ਜ਼ਰੂਰ ਅਟਕ ਦਿੰਦਾ, ਕਿਉਂ ਇੰਨੀ ਜ਼ੈਕਦਾਰ ਮੱਛੀ ਫਰਾਈ ਕਰਕੇ ਦਿੰਦੇ ਅਤੇ ਆਰਡਰ 'ਤੇ ਬਣਾ ਕੇ ਦਿੰਦੇ। ਅਤੇ ਇਸ ਟਾਈਮ ਤਕਰੀਬਨ ਰਾਤ 12 ਵਜੇ ਪੈ, ਅਤੇ ਅਸੀਂ ਲੱਗੇ ਜਾਂਦੇ, ਅਸੀਂ ਖਾਰੀ ਗਏ, ਅਸੀਂ ਵਾਪਸ ਆਇਆ ਤਾਂ ਅਸੀਂ ਜਿਹਨਾਂ ਵੇਖਿਆ ਨਾ ਇਹਨਾਂ ਦਾ ਦੁੱਲ ਮੁਕਾਮ, ਅਤੇ ਅੱਗੋਂ ਇਹਨਾਂ ਦੀ ਮਾਸ਼ਾਅੱਲਾ ਪਗੜੀ ਅਤੇ ਸੁੰਦਰ ਰਸੂਲ ਦਾੜੀ ਰੱਖੀ ਅਤੇ ਇਤਨਾ ਮੋਮਨ ਬੰਦਾ, ਅਸੀਂ ਆਖਿਆ ਯਾਰ ਜੋ ਯਾਰ ਭਾਈ ਅਸੀਂ ਘੁੰਮ ਚੀਕਾ ਵੀ ਜੇ ਆ ਜਾਓ ਜੀ, ਬਾਈਰਾਂ ਦਾ ਕੋਈ ਤਾਰਾ ਵੀ ਕਰਦਾ ਪੁੱਛਦਾ ਵਾ ਕਦੋਂ ਨਹੀਂ ਤੁਸੀਂ ਦੁਕਾਨ ਬਣਾਈ ਅਤੇ ਕਦੋਂ ਦਾ ਤੁਸੀਂ ਕੰਮ ਸ਼ੁਰੂ ਕਰਨਾ। ਅਸਲਾਮ ਅਲੈਕੁਮ ਸਰ, ਆਪਣਾ ਸਭ ਤੋਂ ਪਹਿਲਾਂ ਤੁਸੀਂ ਤਾਰਾ ਖਵਾਓ। ਜਨਾਬ ਮੇਰਾ ਨਾਮ ਬਿਜਲੀ ਅੱਛੀ ਹੈ, ਜਨਰੇਟਰ ਲੱਗੇ ਨੇ, ਵਾਸ਼ਰੂਮ ਬਣੇ ਨੇ, ਲੇਡੀਜ਼ ਦਾ ਲਹਿਰਾ ਇੰਤਜ਼ਾਮ ਹੈ, ਠੀਕ ਹੈ, ਸਾਫ਼ ਸੁਥਰਾ ਫੈਮਿਲੀ ਵਾਸਤੇ ਮੌਜੂਦ ਸੈਪਰੇਟ ਸਿਸਟਮ ਹੈ, ਉਹਨਾਂ ਦੇ ਬਾਥ ਬੇਸਨ ਵਗੈਰਾ ਸਭ ਦਾ ਠੀਕ ਹੈ, ਮੇਰੇ ਕੋਈ ਆਫਿਸ ਮਿਨਿਸਟਰ ਨਹੀਂ। ਅੱਛਾ ਸਰ, ਤੁਸੀਂ ਦੱਸੋ ਤੁਹਾਡੇ ਕੋਲ ਗਾਹਕ ਜ਼ਿਆਦਾਤਰ ਰੋਡ ਦਾ ਜਾਂ ਲੋਕਲ ਜਾਂ ਸ਼ਹਿਰ ਮੰਡੀ ਦਾ, ਕੀ ਤੁਸੀਂ ਦੱਸੋ? ਸਾਡੇ ਕੋਲ ਗਾਹਕ ਜਨਾਬ ਲਾਹੌਰ ਤੋਂ ਲੈ ਕੇ ਗੁਜਰਾਲਾ ਏਰੀਏ ਦੱਸੋ ਸਭ ਤੋਂ ਜ਼ਿਆਦਾ ਲੋਕਲ ਏਰੀਏ ਜੋ ਸਾਡੇ ਤੱਕ ਪੁਰਾਣੇ ਚਾਰ ਏਰੀਏ ਫਿਰ ਜ਼ਿਆਦਾ ਠੀਕ ਹੈ, ਰੋਡ ਬਣਨੇ ਨਾਲ ਇਸਲਾਮਾਬਾਦ ਜ਼ਿਆਦਾ ਟੱਚ ਹੋ ਗਿਆ, ਠੀਕ ਹੈ, ਕਿਉਂਕਿ ਰੋਡ ਅੱਛੇ ਬਣ ਗਏ, ਬੰਦੇ ਵਕਤ ਤੋਂ ਪਹਿਲਾਂ ਇੱਥੇ ਪਹੁੰਚ ਜਾਂਦੇ, ਠੀਕ ਹੈ, ਉਹਨਾਂ ਦੀਆਂ ਮੱਛੀਆਂ ਲੱਗੀਆਂ ਹੋਈਆਂ ਅਤੇ ਸਰਾਏ ਲੰਗੀਰ ਮੋੜ ਜਾਂਦੇ ਤੰਦੂਰੀ ਵੀ ਬਣਾਉਂਦੇ। ਆਪਣੀ ਡਿਊਟੀ ਦਿੰਦੇ ਹੋ? ਸੁਬਾ 9 ਤੋਂ ਲੈ ਕੇ ਰਾਤ 12 ਵਜੇ ਤੱਕ ਮੇਰੀ ਆਪਣੀ ਡਿਊਟੀ ਹੈ, ਠੀਕ ਹੈ, ਦਿਨ ਦੇ ਟਾਈਮ ਸਾਰੇ ਗਾਹਕ ਨੇ ਆਪ ਡੀਲ ਕਰਨਾ, ਠੀਕ ਹੈ, ਉਸ ਤੋਂ ਬਾਅਦ ਬੱਚੇ ਸਫਾਈਆਂ ਸਫਾਈਆਂ ਕਰਦੇ ਨਾਲ ਸਾਰੇ ਧੋਂਦੇ। ਅੱਛਾ ਅੱਛਾ, ਸੁਬਾਹ ਸਵੇਰੇ 9 ਵਜੇ ਫਿਰ ਦੁਬਾਰਾ ਓਪਨ, 9 ਵਜੇ ਤੋਂ ਲੈ ਕੇ ਕਿਹੜੇ ਟਾਈਮ ਤੱਕ ਓਪਨ ਹੁੰਦਾ? 12 ਵਜੇ ਰਾਤ 12 ਸਰਦੀਆਂ ਵੇ ਸਾਰਾ ਠੀਕ ਹੋ। ਲਓ ਜੀ, ਬੜੀ ਗੱਲ ਹੈ, ਬਾਈਰਾਂ ਸਾਹਿਬ ਦੇ ਨਾਲ ਮੌਲਵੀ ਆਸਫ ਦੇ ਬੋਰਡ ਵੇਖਣ ਮੰਡੀ ਸ਼ਹਿਰ ਵਿੱਚ ਵੀ ਅੱਗੇ ਜਨਾਬ ਖੜਾ ਰੋਡ ਦੇ ਉੱਤੇ ਲੱਗੇ,
ਲੇਕਿਨ ਅੱਜ ਭਾਈ ਅੰਦਰ ਮੁਲਾਕਾਤ ਹੋਈ ਤੇ ਮਜ਼ਾ ਆਇਆ ਤੇ ਆ ਜਾਓ ਮੱਛੀ ਨਾਲ ਖਾਂਦੇ ਹਾਂ ਤੇ ਨਾਲ ਖਾਵਾਂਗੇ ਬਹਿਣਾ ਤੇ ਮੱਛੀ ਕਿਵੇਂ ਦੀ ਹੁੰਦੀ ਆ ਜਾਓ ਮੇਰੇ ਨਾਲ ਜਾਣਾ ਹੈ ਮਾਸ਼ਾਅੱਲਾ ਮੱਛੀ ਆਈ ਸਾਡੇ ਕੋਲ ਤੋਂ ਬਗੈਰ ਖਾਂਦੇ ਬੜੀ ਖਾਂਦੇ ਜ਼ਿੰਦਗੀ ਦਾ ਪਹਿਲੀ ਵਾਰੀ ਜਿੰਨਾ ਬੁਰਕੀਆਂ ਨਮਾਜ਼ ਉਹਦੇ ਖਾਵਾਂ ਮਦਦ ਦਾ ਮਦਦ ਔਰ ਕਮਾਲ ਯਾਰ ਯਕੀਨ ਜਾਣਿਆ ਜੇ ਇਹਨਾਂ ਦਾ ਡਾਇਲਾਗ ਵੇਖ ਕੇ ਸਰਦੀ ਮੌਲਵੀ ਆ ਸਰਦੀ ਮੱਛੀ ਖਾਏ ਤੋਂ ਬਗੈਰ ਜ਼ਿੰਦਗੀ ਹੈ ਇਹ ਹੈ ਹਕੀਕਤ ਸਰਦੀ ਤੁਹਾਡੀ ਨਹੀਂ ਗੁਜ਼ਰਨੀ ਜੇ ਵਾ ਸਰਦੀ ਮੱਛੀ ਨਾ ਖਾਦੀ ਹੈ ਰਿਕੁਐਸਟ ਹੈ ਜਿਹੜੇ ਦੋਸਤ ਆਪ ਪਿੰਡੀ ਇਸਲਾਮਾਬਾਦ ਜਾਂਦੇ ਹੋ ਇੱਕ ਵਾਰੀ ਬਾਈ ਆ ਸਕਦੇ ਜੀ ਇੱਥੇ ਆ ਕੇ ਖਿਦਮਤ ਦਾ ਮੌਕਾ ਜ਼ਰੂਰ ਦੇਵੇ ਜੇ ਅੱਲਾ ਨੇ ਕਿਹਾ।